ਹਿਮਾਲਿਆ ਖੇਤਰ ਚ ਉੱਗਣ ਵਾਲਾ ਸੰਧੂਰ ਦਾ ਰੁੱਖ ਰਾਜਸਥਾਨ ਵਿੱਚ ਦੁਰਲਭ ਹੀ ਮਿਲਦਾ ਹੈ। ਪਰ ਅਜਮੇਰ ਜ਼ਿਲ੍ਹੇ ਦੇ ਅੰਦਰ ਨਗਰ ਇਲਾਕੇ ਚ ਅਸ਼ੋਕ ਜਾਟੋਲੀਆ ਦੇ ਘਰ ਇੱਕ ਸੰਧੂਰ ਦਾ ਰੁੱਖ ਲੱਗਿਆ ਹੋਇਆ ਹੈ। ਇਹ ਰੁੱਖ ਲੋਕਾਂ ਲਈ ਨਾ ਸਿਰਫ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਬਲਕਿ ਲੋਕਾਂ ਦਾ ਇਸ ਦੇ ਲਈ ਧਾਰਮਿਕ ਵਿਸ਼ਵਾਸ ਵੀ ਵਧਿਆ ਹੈ। ਇਹੀ ਇੱਕ ਕਾਰਨ ਹੈ ਕਿ ਲੋਕ ਕੁਦਰਤੀ ਸੰਧੂਰ ਲੈਣ ਲਈ ਰੁੱਖ ਦੇ ਮਾਲਕ ਕੋਲ ਜਾਂਦੇ ਹਨ। ਇੰਨਾ ਹੀ ਨਹੀਂ, ਰੁੱਖ ਨੂੰ ਪਵਿੱਤਰ ਮੰਨਦੇ ਹੋਏ ਲੋਕ ਦੀਵਾਲੀ ਉੱਤੇ ਇਸ ਦੀ ਵਿਸ਼ੇਸ਼ ਪੂਜਾ ਵੀ ਕਰਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਸੰਧੂਰ ਨੂੰ ਬਣਾਇਆ ਨਹੀਂ ਜਾਂਦਾ ਬਲਕਿ ਇਹ ਕੁਦਰਤ ਦੀ ਦੇਣ ਹੈ। ਜੀ ਹਾਂ, ਸੰਧੂਰ ਦੇ ਰੁੱਖ ਨੂੰ ਅੰਗਰੇਜ਼ੀ 'ਚ ਕਲੀਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਰੁੱਖ ਪਹਾੜੀ ਇਲਾਕਿਆਂ 'ਚ ਹੀ ਮਿਲਦਾ ਹੈ, ਪਰ ਅਜਮੇਰ ਦੇ ਕੁੰਦਨ ਨਗਰ ਖੇਤਰ 'ਚ ਅਸ਼ੋਕ ਜਾਟੋਲੀਆ ਦੇ ਘਰ ਉੱਤੇ ਮੌਜੂਦ ਇਕਲੌਤਾ ਸੰਧੂਰ ਦਾ ਰੁੱਖ ਹੈ। ਇਹ ਰੁੱਖ ਲੋਕਾਂ ਲਈ ਆਸਥਾ ਦਾ ਕੇਂਦਰ ਬਣ ਚੁੱਕਾ ਹੈ। ਲੋਕ ਰੁੱਖ ਨੂੰ ਪਵਿੱਤਰ ਭਾਵ ਨਾਲ ਦੇਖਦੇ ਹਨ ਅਤੇ ਇਸ ਤੋਂ ਮਿਲਣ ਵਾਲੇ ਫਲ ਨੂੰ ਆਪਣੇ ਨਾਲ ਲੈ ਜਾਂਦੇ ਹਨ। ਇਹ ਸਿੰਦੂਰ ਦਾ ਪੇੜ ਹੈ ਔਰ ਇਹ ਮੈਂ 7 ਸਾਲ ਪਹਿਲੇ ਭੋਪਾਲ ਸੇ ਲੈ ਕੇ ਆਇਆ ਥਾ। ਉਸ ਸਮੇਂ ਤੋਂ ਗਮਲੇ ਮੇਂ ਲਗਾਇਆ 2-3 ਸਾਲ, ਉਸਕੇ ਬਾਅਦ ਮੈਂ ਲਗਾਇਆ ਇਹ ਔਰ ਇਸ ਕੋ ਪਵਿੱਤਰ ਮਾਨਤੇ ਸਭੀ ਔਰ ਰੋਵਾ ਕਿਸਕੋ ਤੋ ਮਨੋਕਾਮਨਾ ਪਵਿੱਤਰ ਸਿੰਦੂਰ ਦਾ ਪੇੜ ਵੀ ਬੋਲਤੇ ਹੈ। ਰੁੱਖ ਦੇ ਮਾਲਕ ਅਸ਼ੋਕ ਜਾਟੋਲੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਾਗਬਾਨੀ ਦਾ ਸ਼ੌਂਕ ਹੈ। 7 ਸਾਲ ਪਹਿਲਾਂ ਉਹ ਭੋਪਾਲ ਤੋਂ ਇੱਕ ਬੂਟਾ ਲੈ ਕੇ ਆਏ ਸਨ ਜਿਸ ਨੂੰ ਉਹਨਾਂ ਘਰ ਦੇ ਬਗੀਚੇ ਵਿੱਚ ਲਗਾ ਲਿਆ। ਜਦੋਂ ਬੂਟਾ ਵੱਡਾ ਹੋਇਆ ਅਤੇ ਇੱਕ ਰੁੱਖ ਬਣ ਗਿਆ ਤਾਂ ਉਸ 'ਚ ਫਲ ਲੱਗਣ ਲੱਗੇ। ਜਾਂਚ ਕਰਨ ਤੋਂ ਬਾਅਦ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ। ਜਦੋਂ ਤੋਂ ਉਹਨਾਂ ਲੋਕਾਂ ਨੂੰ ਸੰਧੂਰ ਦੇ ਰੁੱਖ ਬਾਰੇ ਪਤਾ ਚੱਲਿਆ ਹੈ, ਕੋਈ ਬਾਲਾ ਜੀ ਤੇ ਕੋਈ ਗਣੇਸ਼ ਜੀ ਨੂੰ ਖੁਸ਼ ਕਰਨ ਲਈ ਰੁੱਖ ਦੇ ਫਲ ਲੈ ਜਾ ਰਹੇ ਹਨ। ਅਸ਼ੋਕ ਜਟੋਲੀਆ ਦੀ ਘਰ ਵਾਲੀ ਸੁਨੀਤਾ ਪੇਸ਼ੇ ਤੋਂ ਬਿਊਟੀ ਪਾਰਲਰ ਚਲਾਉਂਦੀ ਹੈ। ਸੁਨੀਤਾ ਦੱਸਦੀ ਹੈ ਕਿ ਅਜਮੇਰ 'ਚ ਸ਼ਾਇਦ ਹੀ ਕੋਈ ਮੰਦਿਰ ਹੈ ਜਿਸ ਦਾ ਪੁਜਾਰੀ ਉਹਨਾਂ ਦੇ ਘਰ ਲੱਗੇ ਰੁੱਖ ਤੋਂ ਸੰਧੂਰ ਦਾ ਫਲ ਨਹੀਂ ਲੈ ਗਿਆ ਹੋਣਾ। ਉਹਨਾਂ ਦੱਸਿਆ ਕਿ ਬਾਜ਼ਾਰ 'ਚ ਤਾਂ ਰੰਗ ਹੀ ਮਿਲਦਾ ਹੈ ਜਿਸ ਵਿੱਚ ਰਸਾਇਣ ਹੁੰਦੇ ਹਨ, ਪਰ ਰੁੱਖ ਤੋਂ ਮਿਲਣ ਵਾਲੇ ਸੰਧੂਰ ਦਾ ਰੰਗ ਸੁਨਹਿਰੀ ਹੈ ਜੋ ਕਿ ਕੁਦਰਤੀ ਹੈ। ਇਸ ਨਾਲ ਕੋਈ ਨੁਕਸਾਨ ਨਹੀਂ ਹੈ। ਇਸ ਦੇ ਫਲ ਤੋਂ ਨਿਕਲਣ ਵਾਲੇ ਦਾਣੇ ਨੂੰ ਸੁਕਾਉਣ ਤੋਂ ਬਾਅਦ ਉਹਨਾਂ ਨੂੰ ਪੀਸ ਕੇ ਉਸ ਦਾ ਰੰਗ ਮਹਿਰੂਨ ਹੁੰਦਾ ਹੈ। ਦੂਸਰੇ ਮੇਂ ਕੈਮੀਕਲ ਹੋਤੇ ਹੈ। ਅਬ ਜੈਸੇ ਔਰਤੇ ਮਾਂਗ ਭਰਤੀ ਹੈ ਦੂਸਰੇ ਸਿੰਧੂਰ ਸੇ ਤੋ ਖੁਜਲੀ ਵੀ ਚਲਤੀ ਹੈ, ਵਹਾਂ ਸੇ ਬਾਲ ਨਿਕਲ ਜਾਤੇ ਹੈ। ਇਸਸੇ ਇਸਮੇਂ ਕੋਈ ਵੀ ਸਾਈਡ ਇਫੈਕਟ ਨਹੀਂ ਹੈ, ਆਰਾਮ ਸੇ ਲਗਾ ਸਕਤੇ ਹੋ ਔਰ ਇਹ ਬਿਲਕੁਲ 2-3 ਦਿਨ ਤੱਕ ਲਗਾ ਰਹਿ ਸਕਤਾ ਹੈ ਅਗਰ ਆਪ ਸਿਰ ਮਾਥੇ ਪੇ ਲਗਾ। ਜਾਟੋਲੀਆ ਦੇ ਘਰ ਲੱਗੇ ਰੁੱਖ ਦੀ ਪਛਾਣ ਹੋਣ ਤੋਂ ਬਾਅਦ ਇਸ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਂਦੀ ਹੈ। ਧਾਰਮਿਕ ਕੰਮਾਂ ਲਈ ਸੰਧੂਰ ਮੰਗਣ ਵਾਲਿਆਂ ਤੇ ਮਹਿਲਾਵਾਂ ਨੂੰ ਮੁਫਤ ਸੰਧੂਰ ਦਿੱਤਾ ਜਾਂਦਾ ਹੈ। ਇਸ ਇਕਲੌਤੇ ਸੰਧੂਰ ਦੇ ਰੁੱਖ ਦੀ ਮਾਨਤਾ ਇੰਨੀ ਵੱਧ ਗਈ ਹੈ ਕਿ ਲੋਕ ਹੁਣ ਇਸ ਨੂੰ ਧਾਰਮਿਕ ਤੌਰ ਉੱਤੇ ਵੇਖ ਰਹੇ ਹਨ। ਸਥਾਨਕ ਵਾਸੀ ਸ਼ੰਕਰ ਨੇ ਦੱਸਿਆ ਕਿ ਸੰਧੂਰ ਦੇ ਰੁੱਖ ਤੋਂ ਹਾਸਲ ਫਲ ਹਨੂਮਾਨ ਜੀ ਨੂੰ ਚੜਾਏ ਜਾਂਦੇ ਸੁਨਹਿਰੀ ਸੰਧੂਰ ਵਾਂਗ ਹੈ ਜੋ ਪਵਿੱਤਰ ਮੰਨਿਆ ਜਾਂਦਾ ਹੈ। ਅਰੁਣ ਜਾਟੋਲੀਆ ਪਰਿਵਾਰ ਰੁੱਖ ਤੋਂ ਹਾਸਲ ਸੰਧੂਰ ਨੂੰ ਮੁਫਤ ਲੋਕਾਂ 'ਚ ਵੰਡਦੇ ਹਨ। ਪਵਿੱਤਰ ਸਿੰਧੂਰ ਜੋ ਹਨੂਮਾਨ ਜੀ ਲਗਾਇਆ ਕਰਤੇ ਥੇ ਵੋ ਵੈਸਾ ਹੈ, ਬਿਲਕੁਲ ਏਕਦਮ ਪਿਓਰ ਪਵਿੱਤਰ ਔਰ ਨੈਚੁਰਲ ਹੈ, ਏਕਦਮ ਏਕਦਮ ਲਾਲ ਸੁਰਖ ਰੰਗ ਹੋ ਜਾਤਾ ਹੈ, ਇਸ ਤਰ੍ਹਾਂ ਸਿੰਧੂਰ ਕੀ ਤਰ੍ਹਾਂ ਬਹੁਤ ਅੱਛਾ ਪੇੜ ਹੈ, ਬੜੀਆ ਹੈ। ਪਰਿਵਾਰਿਕ ਦੋਸਤ ਮਨੋਜ ਦਾ ਕਹਿਣਾ ਹੈ ਕਿ 7 ਸਾਲ ਪਹਿਲਾਂ ਸੰਧੂਰ ਦੇ ਰੁੱਖ ਬਾਰੇ ਕੋਈ ਨਹੀਂ ਜਾਣਦਾ ਸੀ। ਆਮ ਬੂਟੇ ਵਾਂਗ ਇਸ ਨੂੰ ਅਸ਼ੋਕ ਜਟੋਲੀਆ ਦੇ ਘਰ ਲਗਾਇਆ ਗਿਆ ਸੀ। ਅੱਜ ਉਹੀ ਰੁੱਖ ਬਣ ਸੰਧੂਰ ਦੇ ਰਿਹਾ ਹੈ। ਬਿਊਰੋ ਰਿਪੋਰਟ, ETV ਭਾਰਤ। To watch 24/7 News Live, download ETV Bharat app.